ਕੇਸਰੀ ਉੱਠ ਕੇ ਬਾਹਰ ਆਈ ਤਾਂ ਬੜਾ ਕਵੇਲਾ ਹੋਇਆ ਵੇਖ ਕੇ ਉਹਨੇ ਕਾਹਲ ਕਰਦਿਆਂ ਸਟੋਵ ਵੱਲਿਆ ਤੇ ਪਾਣੀ ਉਬਲਣਾ ਧਾਰ ਦਿੱਤਾ ਆਪ ਜਦੋਂ ਚਵਾਰੇ ਦੇ ਸਿਖਰ ਗਈ ਤਾਂ ਫੱਗਣ ਦੇ ਸੂਰਜ ਦੀਆਂ ਰਤਾ ਤਿੱਖੀਆਂ ਕਿਰਨਾਂ ਨਾਲ ਉਹ ਨੀਂਦਰੀਆਂ ਅੱਖਾਂ ਛੁੰਧਿਆ ਗਈਆਂ ਅਸਹਿ ਰੜਕ ਪੈਣ ਲੱਗ ਪਈ ਕਿੰਨਾ ਚਿਰ ਸੂਰਜ ਵੱਲ ਮੂੰਹ ਕਰੀ ਗਮਸਮ ਹੋਈ ਖੜੋਤੀ ਰਹੀ ਕੁਝ ਚਿਰ ਮਗਰੋਂ ਇੱਕਦਮ ਜਿਵੇਂ ਕਿਸੇ ਡੂੰਗੇ ਖਿਆਲ ਨੇ ਜਗਾ ਦਿੱਤਾ ਆਪਣੀਆਂ ਅਧ ਨੰਗੀਆਂ ਸਡੋਲ ਬਾਹਾਂ ਵੱਲ ਭਰਵੀ ਨਿਗਾਹ ਤਕਿਆ ਵੱਟੋ ਵੱਟ ਹੋਈ ਕੁਰਤੀ ਵਿੱਚ ਕਸੇ ਘੁੱਟੇ ਨਿੱਗਰ ਨਰੋਏ ਅੰਗਾਂਵਲ ਤੱਕਿਆ ਤੇ ਪਿੰਡੇ ਵਿੱਚ ਚਰਨਾਟ ਛੜਪਈ ਉਲਝੇ ਹੋਏ ਰੁੱਖੇ ਵਾਲ ਅੱਖਾਂ ਮੂੰਹ ਉੱਤੇ ਖਿਲਰੇ ਹੋਏ ਸਨ ਉਹਨਾਂ ਦੀ ਝੋਟੋ ਬੜੀ ਹਲਕਾਤਾ ਰਹੀ ਸੀ ਪਰ ਇਓਂ ਵੀ ਲੱਗਦਾ ਸੀ ਜਿਵੇਂ ਉਹ ਗਿੱਚੀ ਤੇ ਚਿਹਰੇ ਤੇ ਕੁਤਕੁਟਾੜੀਆਂ ਕੱਢ ਰਹੇ ਹੋਣ ਇਸੇ ਕਰਕੇ ਠੀਕ ਨਹੀਂ ਕੀਤੇ ਬਾਹਾਂ ਦੀ ਬਲਾਗੜੀ ਪਾਈ ਉਵੇਂ ਹੀ ਉੱਥੇ ਖੜੋਤੀ ਰਹੀ ਅੱਖਾਂ ਵਿੱਚ ਚੰਚਲਤਾ ਤੇ ਚਿਹਰੇ ਉੱਤੇ ਪਖਾ ਆਉਂਦਾ ਗਿਆ ਤੇ ਜਦੋਂ ਨਿਗਾ ਉੱਚੀ ਕੀਤੀ ਤਾ ਸਾਹਮਣੇ ਅਦਭੁਤ ਸੰਸਾਰ ਪਸਰਿਆ ਹੋਇਆ ਦਿਸਿਆ ਖੱਬੇ ਪਾਸੇ ਦੂਰ ਤਾਈਂ ਖੁੱਲਾ ਮੈਦਾਨ ਸੀ ਜਿੱਥੇ ਕਮੇਟੀ ਨੇ ਟਹਲੀ ਸ਼ਰੀਂ ਤੇ ਨਿੰਮ ਦੇ ਰੁੱਖਾਂ ਦਾ ਜ਼ਖੀਰਾ ਲਵਾਇਆ ਹੋਇਆ ਸੀ ਰੁੱਖ ਪਿਛਲੇ 5-7 ਵਰਿਆਂ ਦੇ ਹੀ ਲੱਗੇ ਹੋਣ ਕਰਕੇ ਅਜੇ ਭਾਰ ਜਵਾਨ ਨਹੀਂ ਸਨ ਸ਼ਰੀਂ ਤੇ ਨਿੰਮ ਮੁੱਛ ਫੋਟ ਗਬਰੀਟਾਂ ਵਰਗੇ ਤੇ ਟਹਲੀਆਂ ਲੰਮੀਆਂ ਛਮਕਾਂ ਵਰਗੀਆਂ ਕੁੜੀਆਂ ਵਾਂਗ ਚੱਪਦੀਆਂ ਸਨ ਸਭ ਦੇ ਪਰਿਵਾਰ ਭਾਰੇ ਹਰੇ ਕਚੂਰ ਪੱਤਿਆਂ ਨਾਲ ਚਹਿਚਹਿ ਕਰ ਰਹੇ ਸਨ ਦੂਰ ਵੱਡੇ ਛੱਪੜ ਵਾਲੇ ਬੁੱਢੇ ਬੋੜ ਉਤੋਂ ਦੀ ਝਾਕਦਾ ਤਪਿਆ ਸੂਰਜ ਆਪਣਾ ਸਾਰਾ ਸੁਨਹਿਰਾ ਰੰਗ ਹੋਲੀ ਦੇ ਗੁਲਾਲ ਵਾਂਗ ਇਨ੍ਹਾਂ ਗਬਰੀਟ ਰੁੱਖਾਂ ਦੇ ਤੋਤੇ ਨਿਖਰੇ ਚਿਹਰਿਆਂ ਉੱਤੇ ਧੂੜੀ ਜਾ ਰਿਹਾ ਜਾਪਦਾ ਸੀ ਤੇ ਸਭ ਖਿੜਖਿੜ ਕਰਕੇ ਹੱਸ ਰਹੇ ਸਨ ਸਾਹਮਣੇ ਸੱਜੇ ਪਾਸੇ ਮੰਡੀ ਦੇ ਸਾਹ ਲੋਕਾਂ ਦੀਆਂ ਤੇ ਮੰਜ਼ਲੀਆਂ ਦੋ ਮੰਜ਼ਲੀਆਂ ਅਟਾਰੀਆਂ ਸਨ ਇਨ੍ਹਾਂ ਦੇ ਉੱਥੇ ਬਨੇਰੇ ਵੀ ਤੋਤੇ ਤੇ ਨਿਖਰੇ ਨਿਖਰੇ ਲੱਗਦੇ ਸਨ ਗਲੀਆਂ ਵਿੱਚ ਸਿਰਫ ਦੋਦੀਆਂ ਦੇ ਸਾਈਕਲਾਂ ਦੀਆਂ ਟੱਲੀਆਂ ਤੇ ਭੂਪੂਆਂ ਦੀ ਆਵਾਜ਼ ਵੀ ਅੱਜ ਪੈੜੀ ਨਹੀਂ ਸੀ ਲੱਗਦੀ ਪਰ ਫੇਰ ਕਿਸੇ ਕਾਰਨ ਇਹ ਕੁਝ ਪਲਾਂ ਦੀ ਸ਼ਾਂਤੀ ਲੈਂਪ ਦੀ ਚਿਮਨੀ ਵਾਂਗ ਕੜਕ ਕਰਕੇ ਟੁੱਟ ਗਈ ਜਿਵੇਂ ਕਿਸੇ ਨੇ ਠੰਡੇ ਪਾਣੀ ਦਾ ਛੱਟਾ ਮਾਰ ਦਿੱਤਾ ਹੋਵੇ ਮਨ ਬਹੁਤ ਕਾਲਾ ਪੈ ਗਿਆ ਵਾਹੂਦਾਈ ਨਸਦੀ ਤਾਂ ਵੇਖਿਆ ਪਾਣੀ ਕਿੰਨੇ ਛਰਦਾ ਉੱਭੜ ਰਿਹਾ ਸੀ ਕਰਮੰਡਲ ਵਿੱਚ ਪਾਣੀ ਸਮੂਹ ਕੇ ਹੀਰਾ ਦੇਵੀ ਕੋਲ ਆਈ ਤਾਂ ਉਹ ਕੰਧ ਨਾਲ ਢੋਲਾਈ ਬੈਠੀ ਸੀ ਅੱਖਾਂ ਸੂਜੀਆਂ ਤੇ ਸੁਹੀਆਂ ਲੱਗਦੀਆਂ ਸਨ ਚਿਹਰਾ ਉੱਤਰਿਆ ਹੋਇਆ ਵਾਲ ਖਿਲਰੇ ਤੇ ਉਲਝੇ ਹੋਏ ਸਨ ਉਹਦਾ ਇਹੋ ਜਿਹਾ ਹਾਲ ਕੇਸਰੀ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ ਮੂੰਹ ਹੱਥ ਧੋ ਲੋ ਬੀਬੀ ਜੀ ਮੈਂ ਚਾਹ ਹੁਣੇ ਲਿਆਈ ਕੇਸਰੀ ਨੇ ਫਰਸ਼ ਤੇ ਕਰਮੰਡਲ ਰੱਖਦਿਆਂ ਕਿਹਾ ਚਾਹ ਨਾ ਲਿਆਈ ਇਹਨਾ ਕਹਿੰਦਿਆਂ ਹੀਰਾ ਦੇਵੀ ਲੜਖੜਾਉਂਦੇ ਪੈਰਾਂ ਨਾਲ ਉੱઠી ਤੇ ਕਰਮੰਡਲ ਕੋਲ ਜਾ ਕੇ ਮੂੰਹ ਹੱਥ ਧੋਣ ਲੱਗ ਪਈ ਮੋੜ ਬਿਸਤਰੇ ਤੇ ਆ ਕੇ ਜਦੋਂ ਉਸ ਅਲਮਾਰੀ ਵਿੱਚੋਂ ਕੇਸ ਵਾਣ ਲਈ ਕੰਗੀ ਕੱਢੀ ਤਾਂ ਹੱਥ ਕੰਬਣ ਲੱਗ ਪਏ ਸਾਹ ਸੱਤ ਉਕਾ ਮੁੱਕ ਗਿਆ ਜਾਪਿਆ ਕੰਗੀ ਰੱਖ ਕੇ ਔਂਜੀ ਵਾਲ ਕਸ ਲੈ ਉੱਠ ਕੇ ਖੜਾਵਾਂ ਪਾਈਆਂ ਤੇ ਹੌਲੀ-ਹੌਲੀ ਵੱਲ ਤੁਰ ਪਈ ਕੇਸਰੀ ਨੇ ਵੇਖਿਆ ਪਰ ਰੋਕਿਆ ਨਹੀਂ ਆ ਕੇ ਮੰਦਰ ਦਾ ਬੂਹਾ ਖੋਲਣ ਤੋਂ ਪਹਿਲਾਂ ਵੇਖਿਆ ਕਿ ਕਿੰਨਾ ਸਾਰਾ ਪਾਣੀ ਸੰਧੂਰ ਟੰਗੂਰ ਮਾਰੇ ਦਾਣੇ ਚੌਲ ਤੇ ਅਜਿਹੀ ਹੋਰ ਸਮੱਗਰੀ ਮੰਦਰ ਦੇ ਬਾਹਰਲੇ ਖੁੰਝੇ ਵੱਲ ਇੱਕ ਵੱਡੇ ਹੋਏ ਚੰਟ ਦੀ ਮੁੱਢੀ ਉੱਤੇ ਤੇ ਉਹਦੇ ਦਿਵਾਲੇ ਖਿਲਰੀ ਹੋਈ ਸੀ ਪਾਸੇ ਕਿੰਨਾ ਹੀ ਚਿੱਕੜ ਹੋਇਆ ਹੋਇਆ ਸੀ ਤੇ ਥਾਂ-ਥਾਂ ਨੰਗੇ ਪੈਰਾਂ ਦੀਆਂ ਪੈੜਾਂ ਬੜੀਆਂ ਕਿਨੌਣੀਆਂ ਲੱਗਦੀਆਂ ਸਨ ਬੁਹਾ ਖੋਲ ਕੇ ਉਹ ਅੰਦਰ ਆਈ ਤਾਂ ਹਨੇਰਾ ਹੋਣ ਕਰਕੇ ਕੁਝ ਨਜ਼ਰ ਨਹੀਂ ਆਇਆ ਤਾਕੀਆਂ ਖੋਲਣ ਲਈ ਦਿਲ ਕੀਤਾ ਪਰ ਜਦੋਂ ਇੱਕ ਤਾਕੀ ਨੂੰ ਫੜ ਕੇ ਖਿੱਚਿਆ ਤਾਂ ਉਹ ਨਹੀਂ ਖੁੱਲ ਸਕੀ ਫਿਰ ਅਚਾਨਕ ਯਾਦ ਆਇਆ ਕਿ ਤਾਕੀਆਂ ਤਾਂ ਖੋਲਣੀਆਂ ਹੀ ਨਹੀਂ ਸਨ ਬੱਤੀ ਜਗਾਈ ਕੇਸਰੀ ਨੇ ਸਭ ਸਫਾਈ 깔ੀ ਕਰ ਦਿੱਤੀ ਸੀ ਮੂਰਤੀਆਂ ਸਾਹਮਣੇ ਧੂਫ ਤੇ ਜੋਤ ਜਗਾਈ ਪਰਮਾਨ ਕੀਤਾ ਤੇ ਆਸਨ ਉੱਤੇ ਬਹਿ ਗਈ ਉਸੇ ਵੇਲੇ ਸਭ ਨਿਤਨੇਮਣਾ ਆਉਣ ਲੱਗ ਪਈਆਂ ਇਕੱਠ ਵੱਧਦਾ ਗਿਆ ਉਸ ਭਗਵਾਨ ਦੇ ਚਰਨਾਂ ਵਿੱਚ ਪਿਆ ਤਾਨ ਪੂਰਾ ਚੁੱਕ ਲਿਆ ਸਭ ਨੇ ਰਲ ਕੇ ਭਜਨ ਗਾਇਆ ਸ਼ਾਂਤ ਵਾਤਾਵਰਣ ਵਿੱਚ ਰਲਮੀਆਂ ਆਵਾਜ਼ਾਂ ਗੂੰਜੀਆਂ ਤਾਂ ਸਾਰੀ ਰਾਤ ਦਾ ਤਪਿਆ ਮਨ ਸਥਿਰ ਹੁੰਦਾ ਜਾਪਿਆ ਪਰ ਕੇਸਰੀ ਅਜੇ ਨਹੀਂ ਸੀ ਆਈ ਬੜੀ ਅਜੀਬ ਗੱਲ ਸੀ ਇਹ ਸੋਚ ਕੇ ਕੀਰਤਨ ਕਰਦਿਆਂ ਹੀ ਚਤਕਾਲਾ ਪੈਣ ਲੱਗ ਪਿਆ ਹੱਥ ਪੈਰ ਗੜੇ ਵਾਂਗ ਠਰਨ ਲੱਗ ਪਏ ਤੇ ਕੰਬਦੇ ਕੰਬਦੇ ਹੋਠ ਚੁੱਪ ਹੋ ਗਏ ਅੱਖਾਂ ਬੰਦੀਆਂ ਗਈਆਂ ਸਿਰ ਨਿਵਾ ਕੇ ਭਗਵਾਨ ਦੇ ਚਰਨਾਂ ਵਿੱਚ ਰੱਖਿਆ ਤਾਂ ਮੁੜ ਚੁੱਕਿਆ ਹੀ ਨਹੀਂ ਗਿਆ ਪਲ ਪਰ ਲਈ ਤਾਂ ਸਭ ਤੀਨੀਆਂ ਹੈਰਾਨ ਹੋਈਆਂ ਪਰ ਜਦੋਂ ਤਾਨਪੂਰਾ ਵੀ ਪੁੰਜੇ ਡਿੱਗ ਪਿਆ ਤਾਂ ਸਭ ਘਬਰਾ ਗਈਆਂ ਕੁੜੇ ਦੇਵੀ ਜੀ ਨੂੰ ਕੀ ਹੋ ਗਿਆ ਨੀ ਗਾਹਾਂ ਹੋ ਕੇ ਵੇਖ ਤਾਂ ਲਓ ਕੋਈ ਤਾਂ ਉਠੋ ਕਾਂਤੀ ਦੇਈ ਨੇ ਘਬਰੀ ਆਵਾਜ਼ ਵਿੱਚ ਕਿਹਾ ਤੇ ਆਪਣੀ ਚੁੰਨੀ ਵੋਚਦੀ ਉੱਠ ਕੇ ਹੀਰਾ ਦੇਵੀ ਵੱਲ ਔਲੀ ਪਰ ਜਦੋਂ ਮੋਢਿਆਂ ਤੋਂ ਫੜ ਕੇ ਹਲੂਨਿਆਂ ਤਾਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ ਸਾਹ ਕਸਵਾ ਆ ਰਿਹਾ ਸੀ ਕੁੜੇ ਹੁਣ ਤੁਸੀਂ ਕੋਈ ਤਾਂ ਹਿੱਲੋ ਉਹ ਚੀਕੀ ਤੇ ਹੀਰਾ ਦੇਵੀ ਨੂੰ ਆਪਣੀ ਗੋਦੀ ਵਿੱਚ ਲਟਾਉਣ ਦਾ ਯਤਨ ਕਰਦਿਆਂ ਵਹਿ ਗਈ ਹਫੜਾ ਦਫੜੀ ਜਹੀ ਮੱਚ ਗਈ ਸੀ ਕਈ ਬੁੱਡੀਆਂ ਰਾਮ ਰਾਮ ਦਾ ਜਾਪ ਕਰਦੀਆਂ ਭਗਵਾਨ ਅੱਗੇ ਪ੍ਰਾਰਥਨਾ ਕਰਨ ਲੱਗ ਪਈਆਂ ਕੇਸਰੀ ਵੀ ਰੋਲਾ ਸੁਣ ਕੇ ਹੇਠ ਉਤਰੀ ਤੇ ਉਸ ਵੇਲੇ ਪਾਣੀ ਲਿਆਉਣ ਲਈ ਫੇਰ ਮੁੜਨ ਲੱਗੀ ਪਰ ਬੂਹੇ ਉੱਤੇ ਭਰਾਜੀ ਨੂੰ ਖੜੋਤਿਆਂ ਵੇਖ ਕੇ ਘਬਰਾ ਗਈ ਆਵਾਜ਼ ਨਹੀਂ ਨਿਕਲੀ ਜੀ ਜੀ ਕਰਕੇ ਥਥਲਾਉਣ ਲੱਗ ਪਈ ਤੇ ਅੰਦਰ ਵੱਲ ਹੱਥ ਕਰਦਿਆਂ ਪਾਣੀ ਪਾਣੀ ਕਰਕੇ ਪੌੜੀਆਂ ਚੜ੍ਹੀ ਭਰਾਜੀ ਅੰਦਰ ਆਏ ਹੀਰਾ ਦੇਵੀ ਦੀ ਹਾਲਤ ਵੇਖ ਕੇ ਰਤਾ ਘਬਰਾਏ ਪਰ ਫੇਰ ਚੁੱਪਚਾਪ ਉਹਨੂੰ ਬਾਹਾਂ ਉੱਤੇ ਲਟਾ ਕੇ ਤੀਵੀਆਂ ਨੂੰ ਚੁੱਪ ਕਰਨ ਲਈ ਹਦਾਇਤ ਕਰਦਿਆਂ ਚੁਬਾਰੇ ਦੀਆਂ ਪੌੜੀਆਂ ਚੜ੍ਹਾਏ ਕੁਝ ਅੰਦਰ ਕੁਝ ਬਾਹਰ ਖੜੋਤੀਆਂ ਤੀਵੀਆਂ ਸਹਿਮੀਆਂ ਦੱਬੀਆਂ ਆਵਾਜ਼ਾਂ ਨਾਲ ਗੱਲਾਂ ਕਰਦਿਆਂ ਕਰੋਂ ਕਰੀ ਤੋਰ ਚੱਲੀਆਂ ਕੇਸਰੀ ਭੱਜੀ ਭੱਜੀ ਉੱਤੋਂ ਆਈ ਤੇ ਭਰਾਜੀ ਦੇ ਦਵਾਈਆਂ ਵਾਲਾ ਬੈਗ ਚੁੱਕ ਕੇ ਮੰਦਰ ਦਾ ਬੂਹਾ ਪੇੜਦਿਆਂ ਫਿਰ ਉੱਤੇ ਚਲੀ ਗਈ ਤੂੰ ਬੜੀ ਗੈਰ ਜ਼ਿੰਮੇਵਾਰ ਹੈ ਕੇਸਰੀਏ ਭਰਾਜੀ ਨੇ ਉਹਨੂੰ ਥੜਕਿਆ ਮੈਂ ਤੈਨੂੰ ਕਿਹਾ ਸੀ ਇਹਨਾਂ ਨੂੰ ਬਿਲਕੁਲ ਹਿੱਲਣ ਵੀ ਨਹੀਂ ਦੇਣਾ ਕੇਸਰੀ ਦੀ ਜੀਬ ਵੀ ਠਾਕੀ ਗਈ ਪਹਿਲਾਂ ਤਾਂ ਮਨ ਦੇ ਨਾਲ ਅੱਖਾਂ ਵੀ ਭਾਰ ਆਈਆਂ ਪਰ ਫਿਰ ਕੁਝ ਰੋਸ ਨਾਲ ਭخن ਲੱਗ ਪਈਆਂ ਭਰਾਜੀ ਅਜੇ ਵੀ ਬੈਗ ਵਿੱਚੋਂ ਸਿਰੰਜ ਦੇ ਤੇ ਦਵਾਈ ਵਾਲੀ ਨਿੱਕੀ ਸ਼ੀਸ਼ੀ ਕੱਢਦੇ ਆ ਉਹਨੂੰ ਛੜਕ ਰਹੇ ਸਨ ਉਹ ਉਹਨਾਂ ਦਾ ਜਵਾਬ ਦੇਣਾ ਚਾਹੁੰਦੀ ਸੀ ਪਰ ਜ਼ੁਬਾਨ ਹੀ ਜਿਵੇਂ ਨਹੀਂ ਸੀ ਹਲਦੀ ਇਹੋ ਨਾ ਬਈ ਮੈਂ ਇਹਨਾਂ ਦਾ ਦਿੱਤਾ ਖਾਨੀ ਆ ਉਹਦਾ ਤਪਦਾ ਮਨ ਮੜਮੜ ਇਹੋ ਸੋਚ ਰਿਹਾ ਸੀ ਹੋਰ ਕਿਸ ਗੱਲੋਂ ਇਹ ਮੈਨੂੰ ਇਉਂ ਛੜਕਦੇ ਐ ਮੈਂ ਉਹਨੂੰ ਹੇਠ ਆਪ ਤੋਰਿਆ ਸੀ ਜੇ ਮੋੜਦੀ ਤਾਂ ਉਹਨੇ ਵੀ ਕਿਹੜਾ ਅੱਗੋਂ ਸਿੱਧਾ ਜਵਾਬ ਦੇਣਾ ਸੀ ਲੋਕਾਂ ਨੂੰ ਸਾਰਾ ਦਿਨ ਸ਼ਾਂਤੀ ਸ਼ਾਂਤੀ ਦਾ ਉਪਦੇਸ਼ ਦਿੰਦਿਆਂ ਆਪ ਜਦੋਂ ਕ੍ਰੋਧ ਵਿੱਚ ਆਉਂਦੀ ਐ ਤਾਂ ਕਾਲਕਾ ਮਾਈ ਬਣ ਖੜਾਉਂਦੀ ਐ ਬੰਦੇ ਨੇ ਛੜਕਾਂ ਖਾ ਕੇ ਆਪਣੀ ਪਤ ਤਾਂ ਨਹੀਂ ਲਹਾਣੀ ਉਪਰਾਧੀ ਤੋਂ ਆਗਿਆ ਲੈ ਬਿਨਾਈ ਦੂਜੇ ਚਾਰੇ ਵਿੱਚ ਆ ਗਈ ਪਿੱਛੋਂ ਉਹਨਾਂ ਦੋ ਤਿੰਨ ਆਵਾਜ਼ਾਂ ਵੀ ਮਾਰੀਆਂ ਪਰ ਨਹੀਂ ਬੋਲੀ ਆ ਕੇ ਭਾਂਡਿਆਂ ਤੇ ਕੱਪੜਿਆਂ ਦੀ ਚੁੱਕ ਧਰ یوں ਕਰਨ ਲੱਗ ਪਈ ਜਿਵੇਂ ਸਮਾਨ ਸਵੇਟ ਰਹੀ ਹੋਵੇ ਅਲਮਾਰੀ ਵਿੱਚ ਵਾਧੂ ਪਏ ਸਾਰੇ ਕੱਪੜੇ ਆਪਣੀ ਟ੍ਰੰਕੀ ਵਿੱਚ ਪਾ ਲਏ ਕੁਝ ਤਸਵੀਰਾਂ ਇਕੱਠੀਆਂ ਕਰਕੇ ਅਲਮਾਰੀ ਦੇ ਉਤਲੇ ਰੱਖਣੇ ਵਿੱਚ ਇਕੱਠੀਆਂ ਕਰ ਦਿੱਤੀਆਂ ਭਾਂਡੇ ਵਿਚਕਾਰਲੇ ਖਾਨੇ ਵਿੱਚ ਚੰਦ ਦਿੱਤੇ ਆਪਣਾ ਨਿੱਕਾ ਜਿਹਾ ਬਿਸਤਰਾ ਦੋਹਰਾ ਚੋਹਰਾ ਕਰਕੇ ਖੁੰਝੇ ਲਾ ਦਿੱਤਾ ਆਸਣ ਵਾਲੀ ਪੁਰਾਣੀ ਦਰੀ ਤੇ ਮਾਈ ਸੁਰਤੀ ਦੀਆਂ ਬੋਰੀਆਂ ਖੁੰਝੇ ਇਕੱਠੀਆਂ ਕਰ ਦਿੱਤੀਆਂ ਮੈਂ ਟਿਕਾ ਲਾ ਚੱਲਿਆ ਧਿਆਨ ਰੱਖੀ ਕਿਤੇ ਅੱਗੇ ਵਾਂਗੂ ਚੰਦ ਨਾ ਚੜਾ ਦੇਈ ਚੁਬਾਰੇ ਦੇ ਸਾਹਮਣੇ ਆ ਕੇ ਰਤਾ ਰੁਕਦਿਆਂ ਭਰਾ ਜੀ ਹੋਰ ਕੁਰਖਤ ਲਹਿਜ਼ੇ ਵਿੱਚ ਬੋਲੇ ਮੈਂ ਹੁਣੇ ਕਾਰ ਲੈ ਕੇ ਆਉਂਨੇ ਇਹਨਾਂ ਨੂੰ ਘਰ ਲੈ ਜਾਣੇ ਤੇ ਉਹ ਸ਼ਾਇਦ ਕੋਈ ਫਿੱਕਾ ਸ਼ਬਦ ਕਹਿੰਦੇ ਆ ਕਹਿੰਦੇ ਰੁੱਕ ਕੇ ਪੌੜੀਆਂ ਉਤਰ ਗਏ ਕੇਸਰੀ ਦਾ ਮਨ ਬਹਿਵਲ ਹੋ ਉਠਿਆ ਓਵੇਂ ਫਿਰ ਉਸ ਚੁੱਕਤਾਰ ਕਰਦਿਆਂ ਕਈ ਵਾਰ ਮਨ ਕਾਬੂ ਕਰਨ ਦਾ ਯਤਨ ਕੀਤਾ ਪਰ ਅਥਰੇ ਘੋੜੇ ਵਾਂਗ ਬੇਕਾਬੂ ਹੋਇਆ ਚੰਚਲ ਮਨ ਹੱਥੋਂ ਵਾਂਗਾਂ ਛੁਡਾ ਕੇ ਸਿਰ ਮਦਾਨ ਨਸ ਤੁਰਿਆ ਸੀ ਏਡੇ ਉਪਰੇ ਅਨਹੋਣੇ ਤੇ ਪੁੱਠੇ ਵਿਚਾਰ ਅੱਜ ਤੱਕ ਕਦੇ ਨਹੀਂ ਸਨ ਫੁਰੇ ਉਹ ਹੁਣੇ ਹੀ ਇਥੋਂ ਨਸ ਜਾਣਾ ਚਾਹੁੰਦੀ ਸੀ ਉਹਨੂੰ ਸਣੇ ਮੰਦਰ ਦੇ ਸਭੂ ਕੁਝ ਉਪਰ ਉਪਰ ਲੱਗਦਾ ਸੀ ਜਿਵੇਂ ਕਿਸੇ ਓਪਰੀ ਧਰਤੀ ਉੱਤੇ ਫਿਰਦੀ ਹੋਵੇ ਇਹੋ ਕੰਧਾਂ ਜਿਨ੍ਹਾਂ ਨਾਲ ਵਰਿਆਂ ਦੀ ਸਾਂਝ ਸੀ ਬੇਗਾਨੀਆਂ ਚਾਪਨ ਲੱਗ ਪਈਆਂ ਸਨ ਜਸ ਹੀਰਾ ਦੇਵੀ ਉੱਤੇ ਲਹੂ ਡੋਲਣੋਂ ਵੀ ਕਦੇ ਨਹੀਂ ਸੀ ਝੱਜਕੀ ਹੁਣ 10 ਕਦਮਾਂ ਦੀ ਵਿੱਥ ਤੇ ਜਾ ਕੇ ਉਹਦਾ ਮੂੰਹ ਵੇਖਣ ਨੂੰ ਜੀ ਨਹੀਂ ਸੀ ਕਰਦਾ ਇਸ ਲਈ ਉਹ ਜ਼ੋਰ-ਜ਼ੋਰ ਦੀ ਭਾਂਡੇ ਖੜਕਾਉਂਦੀ ਹੋਰ ਸਮਾਂ ਤੇ ਨਿੱਕ ਸੋਕ ਨੂੰ ਇੱਧਰ-ਉੱਧਰ ਕਰਦੀ ਰਹੀ ਕਾਰ ਆਈ ਤੇ ਭਰਾ ਜੀ ਹੀਰਾ ਦੇਵੀ ਨੂੰ ਇਕੱਲੇ ਹੀ ਬਾਹਾਂ ਤੇ ਪਾ ਕੇ ਹੇਠ ਲੈ ਗਏ। ਉਹ ਭਾਵੇਂ ਹੁਣ ਬੇਸੁਰ ਨਹੀਂ ਸੀ ਪਰ ਉੱਠ ਕੇ ਬੈਠਣ ਤੋਰਨ ਦਾ ਤਾਂ ਨਹੀਂ ਸੀ ਆ ਰਿਹਾ। ਇਸ ਪਿਛੋਂ ਚਾਂਸਕ ਸਾਰੇ ਪਾਸੇ ਸੰਸਰਾ ਹੋ ਗਈ। ਕਾਰਖਾਨੇ ਨੂੰ ਆਉਂਦਾ ਸੀ। ਤਿੰਨ ਦਿਨ ਹੋ ਗਏ ਸੰਸਰਤੀ ਵੀ ਨਹੀਂ ਸੀ ਮੁੜੀ। ਅੱਗੇ ਉਸ ਨਾਲ ਗੱਲ ਨਹੀਂ ਲੱਗ ਕੇ ਮਨ ਪਰਚਿਆ ਰਹਿੰਦਾ ਸੀ। ਉਹ ਆਪਣੇ ਕਿਸੇ ਦੂਰ ਨੇੜੇ ਲੱਗਦੇ ਭਤੀਜੇ ਦੇ ਵਿਆਹ ਗਈ ਸੀ। ਵਿਆਹ ਗਈ ਹੈ। ਉਦਾਸ ਹੋਇਆ ਮਨ ਹੁਣ ਹੋਰੀ ਵਹਿਨਾ ਵਿੱਚ ਵਹਿ ਤੁਰਿਆ। ਸੋਚਿਆ ਭਲਾ ਉਹਨੂੰ ਏਡੀ ਦੂਰ ਦੇ ਸ਼ਾਇਦ ਉਸਦੀ ਮਾਸੀ ਦਾ ਪੋਤਰਾ ਸੀ ਭਤੀਜੇ ਦੇ ਵਿਆਹ ਦਾ ਕੀ ਚਾ ਸੀ ਜੋ ਚੂਨ-ਪੂਨ ਉਸ ਲੋਕਾਂ ਦੇ ਘਰੋਂ ਮੰਗ ਤੱਕ ਕੇ ਇਕੱਠਾ ਕੀਤਾ ਸੀ ਸਾਰਾ ਨਾਲ ਲੈ ਗਈ ਸੀ ਸੁਰਤੀ ਹੋਈ ਕੌਣ ਉਸ ਅਜੀਬ ਤਰ੍ਹਾਂ ਸੋਚਿਆ ਜਿਵੇਂ ਉਹ ਉਸ ਨੂੰ ਉਕਾ ਨਹੀਂ ਸੀ ਜਾਣਦੀ ਤੇ ਇਹ ਸੋਚਦਿਆਂ ਅਜੀਹਾ ਮਹਿਸੂਸ ਹੋਇਆ ਜਿਵੇਂ ਉਹ ਸੱਚੀ ਉਹਨੂੰ ਨਹੀਂ ਸੀ ਜਾਣਦੀ ਜੇ ਜਾਣਦੀ ਹੁੰਦੀ ਤਾਂ ਇਹ ਪਤਾ ਨਾ ਹੁੰਦਾ ਕਿ ਉਹ ਏਡੀ ਦੂਰ ਦੇ ਭਤੀਜੇ ਦੇ ਵਿਆਹ ਕਿਉਂ ਤੁਰ ਗਈ ਸੀ ਇੰਨਾ ਜ਼ਰੂਰ ਪਤਾ ਸੀ ਕਿ ਇਸ ਸੰਸਾਰ ਵਿੱਚ ਕੱਲੀ ਕਾਰੀ ਸੀ ਨਾ ਕੋਈ ਪੁੱਤ ਨਾ ਧੀ ਨਾ ਰਿਸ਼ਤੇਦਾਰ ਸਭ ਕੁਝ ਹੁੰਦਾ ਸੀ ਪਰ ਭਗਵਾਨ ਨੇ ਸਭ ਖੋ ਲਿਆ ਦੋ ਪੁੱਤਰ ਧੀ ਪਤੀ ਤੇ ਸੱਸ ਸਹੁਰਾ ਤਾਂ ਪਹਿਲਾਂ ਕੱਤੇ ਦੀ ਬਿਮਾਰੀ ਵੇਲੇ ਹੀ ਤੁਰ ਗਏ ਸਨ ਇਸੇ ਕਲਮੂਹੀ ਬਿਮਾਰੀ ਨੇ ਸੌਰਤੀ ਦੇ ਪੇਕਿਆਂ ਦਾ ਵੀ ਕੋਈ ਜੀ ਨਹੀਂ ਸੀ ਰਹਿਣ ਦਿੱਤਾ ਇੱਥੇ ਉਹਦੇ ਸਹੁਰੇ ਹੁੰਦੇ ਸਨ ਹਣ ਉਹ ਲੋਕਾਂ ਦੇ ਘਰੋਂ ਰੋਟੀਆਂ ਮੰਗ ਕੇ ਜੀਵਨ ਪੂਰੀ ਕਰਦੀ ਸੀ ਸਾਰੀ ਉਮਰ ਦੇ 70 ਬਰੇ ਪੂਰੇ ਕਰ ਲਏ ਸਨ ਜਿੱਦਿਆਂ ਦਾ ਹੀਰਾ ਦੇਵੀ ਨੇ ਮੰਦਿਰ ਬਣਵਾਇਆ ਸੀ ਇੱਥੇ ਆ ਕੇ ਰਹਿਣ ਲੱਗ ਪਈ ਕੇਸਰੀ ਨੂੰ ਉਹਦਾ ਸਹਾਰਾ ਰਿਹਾ ਰਾਤ ਨੂੰ ਦੋਵੇਂ ਪੈ ਰਹਿੰਦੀਆਂ ਡਰ ਨਹੀਂ ਸੀ ਲੱਗਦਾ ਸਾਰੀ-ਸਾਰੀ ਰਾਤ ਉਹ ਆਪਣੇ ਹੋਏ ਬੀਤੇ ਪਰਿਵਾਰ ਦੀਆਂ ਚੌਧਰੀਆਂ ਤੇ ਸ਼ਾਹਾਂ ਦੇ ਘਰਾਂ ਦੀਆਂ ਗੁਪਤ ਗੱਲਾਂ ਸੁਣਾਉਂਦੀ ਰਹਿੰਦੀ ਦਿਨੇ ਪੂਰੇ ਬੰਦੇ ਜਿੰਨਾ ਕੰਮ ਕਰਦੀ ਕਦੇ ਅੱਕਦੀ ਥੱਕਦੀ ਨਹੀਂ ਸੀ ਆਮ ਤੀਵੀਆਂ ਵਾਂਗ ਬੀਤੇ ਨੂੰ ਯਾਦ ਕਰਕੇ ਹਰ ਵੇਲੇ ਰੋਂ ਰੋਂ ਨਹੀਂ ਸੀ ਕਰਦੀ ਰਹਿੰਦੀ ਸਗੋਂ ਹੀਰਾ ਦੇਵੀ ਦਾ ਵੀ ਜਦੋਂ ਚਿਤ ਡੋਲਦਾ ਤਾਂ ਉਹ ਦਰਵਾਸ ਦਿੰਦੀ ਸੀ ਪਰ ਏ ਸੀ ਕਹਿ ਕੇ ਮੈਂ ਕਿਉਂ ਸੋਚਦੀ ਐ ਕੇਸਰੀ ਨੂੰ ਅਚਾਨਕ ਖਿਆਲ ਆਇਆ ਉਹਨੂੰ ਜਾਪਿਆ ਕਿ ਸੱਚੀ ਸੁਰਤੀ ਬਾਰੇ ਉਸਨੂੰ ਕੁਝ ਪਤਾ ਨਹੀਂ ਸੀ ਹੁਣ ਉਹਦੇ ਨਾਲ ਸਬੰਧ ਵੀ ਕੋਈ ਨਹੀਂ ਸੀ ਰਹਾ ਜਾਪਦਾ ਸੀ ਮੋੜ ਸੁਰਤੀ ਨੂੰ ਉਸ ਹੁਣ ਨਹੀਂ ਮਿਲਣਾ ਬਰਿਆਂ ਜੱਡੀ ਕਾਲੀ ਬੋਲੀ ਰਾਤ ਉਸ ਕਿਵੇਂ ਨਾ ਕਿਵੇਂ ਜਾਗ ਕੇ ਜਾਗੋ ਮਿਠੀ ਲੇਟ ਕੇ ਸਹਿਮ ਨਾਲ ਤਰਹਿ ਤਰਹਿ ਕੇ ਆਖਰ ਪੂਰੀ ਕਰ ਲਈ ਦਿਨ ਚੜਿਆ ਤਾਂ ਦੁੱਧੋਂ ਸਖਣੀ ਚਾਹ ਪੀਤੀ ਮਿੱਠਾ ਵੀ ਨਹੀਂ ਪਾਇਆ ਫੇਰ ਰੋਟੀ ਪਕਾਣ ਲੱਗ ਪਈ ਕਵੇਲਾ ਬਹੁਤ ਹੋ ਗਿਆ ਸੀ ਪਰ ਮੁੰਡੂ ਸਬਜ਼ੀ ਲੈ ਕੇ ਨਹੀਂ ਸੀ ਆਇਆ ਉਹਨੋਂ ਚਿੱਤਾਂ ਪੱਕੀ ਹੋ ਗਿਆ ਸੀ ਕਿ ਹੁਣ ਕੋਈ ਵੀ ਉਹਦੀ ਬਾਤ ਪੁੱਛਣ ਨਹੀਂ ਆਏਗਾ ਇਥੋਂ ਤੱਕ ਕਿ ਭਗਵਾਨ ਵੀ ਉੱਤਾ ਨਹੀਂ ਵਾਚਣਗੇ ਪਰ ਮੀਰਾ ਤਾਂ ਕਹਿੰਦੀ ਸੀ ਕਿ ਜਿਸ ਦਾ ਕੋਈ ਨਹੀਂ ਉਹਦਾ ਗਿਰਦਰ ਗੋਪਾਲ ਹੁੰਦਾ ਮਨ ਵਿੱਚ ਸ਼ੰਕੇ ਤੇ ਸ਼ੰਕਾ ਉੱਠ ਰਿਹਾ ਸੀ ਭਗਵਾਨ ਆਪਣੇ ਦੱਸਦੇ ਸਨ ਪਰ ਉਹਨਾਂ ਦੀਆਂ ਅੱਖਾਂ ਵਿੱਚ ਬਿਗਾਨੇ ਪੰਦਾ ਇੱਕ ਅਜੀਬ ਰੰਗ ਸੀ ਹੋ ਸਕਦਾ ਮਨ ਦੀ ਦੁਬੇਦਾ ਹੋਵੇ ਪਰ ਇਹ ਦੁਬੇਦਾ ਵੱਧਦੀ ਜਾਂਦੀ ਸੀ ਸ਼ੰਕੇ ਨਿਵਰਤ ਨਹੀਂ ਸਨ ਹੋ ਰਹੇ ਅੰਤ ਕਰਮਾਂ ਦੇ ਚੱਕਰ ਵਿੱਚ ਪਿਆ ਮਨ ਆਪਣੇ ਪਿਛੋਕੜ ਵੱਲ ਹੋ ਤੁਰਿਆ ਨੇਰੇ ਉਜਾੜ ਰੱਕੜ ਖਰਸੁਕ ਰੁੱਖਾਂ ਨਾਲ ਭਰੀ ਧਰਤੀ ਵਰਗੇ ਸ਼ਹਿਰ ਗਰਾਂ ਦਿਸਣ ਲੱਗ ਪਏ ਮਾਪੇ ਭਰਾ ਪੈਣਾ ਸਭ ਦੇ ਮੂੰਹ ਇਨ੍ਹਾਂ ਰੁੱਖਾਂ ਵਰਗੇ ਖਰਵੇਂ ਤੇ ਤਰੇੜੇ ਹੋਏ ਦਿਸੇ ਪਰ ਕਿਤੇ ਇੱਕ ਫੁੱਲ ਸੁੱਕੇ ਰੁੱਖੇ ਦਰਖਤ ਦੀਆਂ ਜੜਾਂ ਵਿੱਚੋਂ ਸਿਰ ਕੱਢੀ ਚਾਕਦਾ ਵੀ ਦਿਸ ਪਿਆ ਉਦਾਸੇ ਡੁੱਬਦੇ ਮਨ ਨੂੰ ਤੀਲੇ ਵਰਗੇ ਸਹਾਰੇ ਦੀ ਆਸ ਬਚਦਿਆਂ ਹੀ ਕਿਸ਼ਤੀ